ਲੋਜੀ ਗੁਜਰਾਤ ਦੀ ਸ਼ਾਨ ਮਾਰਵਾੜੀ ਬ੍ਰੀਡ ਦਾ ਘੋੜਾ ਕੇਸਰੀਆ ਸਾਡੇ ਕੋਲੇ ਦਿਸਦੇ ਲਈ ਆਇਆ ਬਹੁਤ ਦੂਰੋਂ ਬਹੁਤ ਖੂਬਸੂਰਤ ਗਹਿਣਿਆਂ ਦੇ ਨਾਲ ਇਹਨੂੰ ਸ਼ਿੰਗਾਰਿਆ ਗਿਆ ਘੋੜਾ ਤਾਂ ਆਪਣੇ ਆਪ ਹੀ ਗਹਿਣਾ ਹੁੰਦਾ ਤੇ ਉਤੋਂ ਉਹਦੇ ਦੇ ਗਹਿਣੇ ਸਜਾ ਦੀਏ ਤਾਂ ਸੋਚੋ ਖੂਬਸੂਰਤੀ ਕਈ ਗੁਣਾ ਹੋ ਜਾਂਦੀ ਆ ਘੋੜਾ ਕੇਸਰੀਆ ਜਿਹਦੇ ਮਾਲਕ ਨੇ ਚਰਨਜੀਤ ਸਿੰਘ ਜੀ ਅਤੀ ਸੁੰਦਰ ਤੇ ਮਾਂ ਜੀ ਕੇਸਰ ਘੋੜੀ ਹੈ ਤੇ ਬਹੁਤ ਸਾਰੇ ਸੋਚ ਚੁੱਕਿਆ ਤੇ ਇਹਦਾ ਜਿਹੜਾ ਦਰਦ ਹੈ ਉਹ ਸੁੰਦਰ ਘੋੜਾ ਅਸ਼ਾ ਪ੍ਰਿਥਵੀ ਦੀ ਸ਼ਾਨ ਦੇ ਵਿੱਚ ਚੈਂਪੀਅਨ ਬਣਿਆ ਪੁਸ਼ਕਰ ਦੇ ਵਿੱਚ ਵੀ ਇਹ ਘੋੜਾ ਜਿੱਤਿਆ ਅਸੀਂ ਬੜਾ ਧੰਨਵਾਦ ਕਰਦੇ ਹਾਂ ਇਹ ਗੁਜਰਾਤ ਤੋਂ ਸਪੈਸ਼ਲ ਕੇਸਰੀਆ ਘੋੜੇ ਨੂੰ ਸਾਡੇ ਸ਼ੋਅ ਦੇ ਵਿੱਚ ਡਿਸਪਲੇ ਲਈ ਲੈ ਕੇ ਆਏ ਆ ਘੋੜਾ ਕੇਸਰੀਆ ਭਾਈ ਸਾਹਿਬ ਨੇ ਗਰਾਊਂਡ ਨੂੰ ਮੱਥਾ ਟੇਕ ਕੇ ਐਂਟਰੀ ਕਰੀ ਹੈ ਤੇ ਸਾਡੇ ਭੈਣ ਜੀ ਵੀ ਨਾਲ ਨੇ ਇਹਨਾਂ ਦਾ ਬਹੁਤ ਸਵਾਗਤ ਹੈ ਜੀ ਇਹ ਘੋੜਾ ਹੀ ਫਕੀਰ ਜਿਹੜਾ ਕਰਾਮਾਤੀ ਘੋੜੇ ਦਾ ਬੱਚਾ ਹੈ ਇਹ ਘੋੜਾ ਪਹਿਲਾਂ ਦਲ ਘੋੜੇ ਸੀ ਬਾਬਾ ਜੀ ਨੇ ਵਾਹਿਗੁਰੂ ਨੇ ਚਿੱਠੀ ਪਾਈ ਦੁਆ ਕੀਤੀ ਕਿ ਘੋੜਾ ਮੇਰੇ ਕੋਲੇ ਆ ਜਾਵੇ ਤੇ ਘੋੜਾ ਸਰਬੱਤ ਬਣ ਕੇ ਭਾਈ ਪ੍ਰਿਤਪਾਲ ਜੀ ਬਰਗਾੜੀ ਵਾਲਿਆਂ ਕੋਲੇ ਆ ਗਿਆ ਭਾਈ ਸਾਹਿਬ ਬਹੁਤ ਚੰਗੇ ਕਮਿਸ਼ਰੀਕਾਰ ਨੇ ਕੱਲ ਇਹਨਾਂ ਨੇ ਸਾਨੂੰ ਆਪਣੀ ਕਮਿਸ਼ਰੀ ਦੇ ਕੁਝ ਜੌਹਰ ਇੱਥੇ ਦਿਖਾਏ ਘੋੜਿਆਂ ਦਾ ਪਿਆਰ ਕੀ ਹੁੰਦਾ ਉਹ ਕਦੇ ਜਾ ਕੇ ਤੁਸੀਂ ਇਹਨਾਂ ਦੀ ਅਸਤਬਲ ਚ ਦੇਖਿਓ ਤੇ ਕੋਈ ਬੰਦਾ ਘੋੜੇ ਦੀ ਕਿੰਨੀ ਕੁ ਕਿਸੇ ਦੀ ਦੀਵਾਨਗੀ ਹੋ ਸਕਦੀ ਹੈ ਉਹ ਇਹਨਾਂ ਦੋਨਾਂ ਜੀਆਂ ਨੂੰ ਦੇਖ ਕੇ ਅਸੀਂ ਸਮਝ ਸਕਦੇ ਹਾਂ ਇਹ ਜਿੰਨੇ ਚੰਗੇ ਕਮਿਸ਼ਨ ਨੇ ਓਨੇ ਚੰਗੇ ਘੋੜਾ ਪਾਲਕ ਵੀ ਨੇ ਬਹੁਤ ਜ਼ਿਆਦਾ ਸਤਿਕਾਰ ਤੇ ਪਿਆਰ ਇਹ ਘੋੜਿਆਂ ਨੂੰ ਕਰਦੇ ਹੈ ਤੇ ਕਰਾਮਾਤੀ ਜਿਹੜੀ ਬਲੱਡ ਲਾਈਨ ਹੈ ਜਿਵੇਂ ਪੰਜਾਬ ਦੀ ਬਲੱਡ ਲਾਈਨ ਹੈ ਮੱਝੂ ਕੇ ਉਵੇਂ ਕਰਾਮਾਤੀ ਦਾ ਖੂਨ ਪੰਜਾਬ ਦੇ ਵਿੱਚ ਬਹੁਤ ਨਿਆਮਤ ਹੈ ਤੇ ਉਹਦੇ ਬਹੁਤ ਵੱਡੇ ਆਸ਼ਕ ਨੇ ਪਰ ਉਸ ਬਲੱਡ ਲਾਈਨ ਦੇ ਘੋੜੇ ਪੰਜਾਬ ਹੈ ਥੋੜੇ ਕਰਾਮਾਤੀ ਘੋੜੇ ਨਾਲ ਮੇਰਾ ਵੀ ਦੋ ਸਮਾਂ ਬੀਤਿਆ ਮੈਂ ਦੂਜਾ ਕੰਮ ਮੈਂ ਫੌਜੀ ਦਾ ਬੱਚਾ ਹੈ ਉਮਰ ਕਿੰਨੇ ਪੈਸੇ ਹੋ ਗਏ 4 ਸਾਲ ਦਾ ਹਲੇ ਹੋਇਆ ਮਾਲਕ ਨੇ ਜੀ ਨੰਜਾ ਬਈ ਮਾਨੂ ਕਿਤੋਂ ਤੇ ਨਰਧਾਰੀ ਦਾ ਫੌਜੀ ਘੋੜੇ ਦਾ ਬੱਚਾ ਫੌਜੀ ਘੋੜਾ ਮੱਝੂਕੇ ਵਾਲੇ ਨੀਲੇ ਘੋੜੇ ਦਾ ਬੱਚਾ ਸੀ ਐਡਮ ਉਹਨਾਂ ਦਾ ਉਹ ਭਰਾ ਹੈ ਮੱਝੂਕੇ ਲਾਈਨ ਦੇ ਵਿੱਚ ਜਿਵੇਂ ਐਡਮ ਦਾ ਨਾਂ ਹੋਇਆ ਉਵੇਂ ਹੀ ਫੌਜੀ ਦਾ ਬਹੁਤ ਵੱਡਾ ਨਾਂ ਹੋਇਆ ਫੌਜੀ ਪਿੱਛੇ ਜੇ ਚੜਾਈ ਕਰ ਗਿਆ ਬਾਈ ਜੋਤੀ ਮਾਂਗਣ ਦੀ ਅਸਤਬਲ ਚ ਰਿਹਾ ਫੌਜੀ ਘੋੜਾ ਇੱਕ ਵਾਰੀ ਮੈਂ ਜਗਰਾਓ ਮੰਡੀ ਦੇਖਿਆ ਤੁਰਦਾ ਘੋੜਾ ਉਹਦੇ ਨਾਲ ਇਹਦਾ ਕਰਦਾ ਸਿਆਹ
ਪਹਿਲਾਂ ਮੈਂ ਇਹਦੇ ਮਾਲਕਾਂ ਬਾਰੇ ਦੱਸਦਾ ਸੀ, ਇਹਦੇ ਮਾਲਕ ਨੇ ਅਮਰਿੰਦਰ ਸਿੰਘ ਕੁਮਾਰ ਸਨ, ਸਰਦਾਰ ਬਾਈ ਜੀ ਬਿੱਟੂ ਕੁਮਾਰ ਜੀ ਦੇ ਸਪੁੱਤਰ ਨੇ। ਬਿੱਟੂ ਕੁਮਾਰ ਆਪਣੇ ਆਪ ਜੀ ਬਹੁਤ ਵੱਡਾ ਨਾਂ ਨੇ, ਮੱਝੂ ਦੇ ਲਾਈਨ ਦੇ ਬਹੁਤ ਘੋੜੇ ਘੋੜੀ ਉਹਨਾਂ ਦੇ ਘਰੇ ਰਹੇ ਆ, ਸ਼ੋਅ ਵੀ ਜਿੱਤਿਆ ਤੇ ਅਮਰਿੰਦਰ ਕੁਮਾਰ ਕਈ ਸਾਲ ਕਨੇਡਾ ਰਹਿ ਕੇ ਆਇਆ, ਪਰ ਕਨੇਡਾ ਘੋੜਿਆਂ ਦੇ ਸ਼ੌਕ ਨੂੰ ਬਹੁਤਾ ਚਿਰ ਟਿਕਣ ਨਹੀਂ ਦਿੱਤਾ। ਹੁਣ ਅਮਰਿੰਦਰ ਦੁਬਾਰਾ ਕਾਫੀ ਲੰਬੇ ਸਮੇਂ ਦੀ ਜਾਂ ਪੱਕਾ ਹੀ ਇੰਡੀਆ ਬੁਲਿਆ ਆਇਆ ਤੇ ਇਹਨੇ ਆਪਣੇ ਬਾਪੂ ਜੀ ਦੀ ਜਿਹੜੀ ਵਿਰਾਸਤ ਆ ਉਹ ਸਾਂਭ ਲਈ ਤੇ ਹੌਲੀ ਹੌਲੀ ਹੁਣੇ ਘੋੜਿਆਂ ਚ ਖਰੀਦਿਆ, ਜਿਹੜਾ ਦੇਵਰਾਜ ਘੋੜੇ ਦਾ ਬੱਚਾ ਹੈ ਰਣੀਆਂ ਵਾਲੇ ਤੇ ਇਹਦੀ ਜਿਹੜੀ ਮਾਂ ਹੈ ਉਹਦਾ ਨਾਂ ਹੈ ਰੰਗ ਬੇਲਾ, ਜਿਹੜੀ ਸ਼ਾਨਦਾਰ ਦੀ ਧੀ ਹੈ। ਕੁੰਡਲ ਗੱਲਾਂ ਜੰਮਿਆ ਸਰਦਾਰ ਨਾਹ ਸਿੰਘ ਜੀ ਦੇ ਘਰ, ਨਾ ਰੰਗ ਜੀ ਜਿਹਨਾਂ ਦਾ ਨਾਮ ਹਮੇਸ਼ਾ ਸਸਕਾਰ ਨਾਲ ਹੀ ਲਿਆ ਜਾਂਦਾ ਹੈ। ਸਾਰੇ ਘੋੜੇ ਨੂੰ ਦੇਖ ਸਕਣ, ਘੋੜਾ ਹਲੇ ਦਾ ਜਵਾਨ ਹੀ ਹੋਇਆ ਮੁੰਡਾ ਹਲੇ, ਇਹਦਾ ਨਾਂ ਹੈ ਆਪਿਲ, ਇਹਦਾ ਪਿਓ ਹੈ ਵਿਕਰਾਮ ਘੋੜਾ ਤੇ ਦਾਦਾ ਅਰਜਨ ਰੋਈ ਵਾਲਾ ਘੋੜਾ। ਇਹਦੇ ਮਾਲਕ ਨੇ ਜੀ ਬਾਈ ਸੰਦੀਪ ਤੇ ਬਾਈ ਨਿਸ਼ਾਨ ਭਾਗ ਸਾਹਿਬ ਤੋਂ, ਸੰਦੀਪ ਵਾਲਾ ਆਲਮ ਵਾਲਾ ਤੇ ਬਾਈ ਨਿਸ਼ਾਨ ਭਾਗ ਸਾਹਿਬ ਤੋਂ ਤੇ ਬਾਈ ਪਾਮਾ ਸਰਪੰਚ ਜੀ ਜਿਹੜੇ ਘੋੜੀਆਂ ਦੇ ਬਹੁਤ ਪੁਰਾਣੇ ਪਾਲਕੂ ਹੈ, ਤੇ ਬਾਈ ਸੰਦੀਪ ਉਮਰ ਜੀ ਬਹੁਤ ਹੀ ਨਹੀਂ ਪਰ ਨੁਕਰੇ ਘੋੜਿਆਂ ਦੇ ਜੀ ਬਹੁਤ ਮਹਾਰਤ ਹੈ, ਤੇ ਪਤਾ ਨੀ ਤਾਂ ਖਰੀਦ ਕੇ ਉਹ ਲਿਆਉਂਦਾ ਜਿਹੜੇ ਸ਼ੋਅ ਜਿੱਤ ਜਾਣ ਜਾਂ ਬਈ ਉਹਨਾਂ ਨੂੰ ਬਣਾ ਹੋਇਆ ਜਾਂ ਦਿੰਦਾ ਵੀ ਉਹ ਸ਼ੋਅ ਜਿੱਤ ਜਾਂਦੇ ਆ। ਕੱਲ ਵੀ ਬਾਈ ਸੰਦੀਪ ਜੀ ਦਾ ਘੋੜਾ ਜਿਹੜਾ ਫਸਟ ਆਇਆ ਉਦੋਂ ਪਹਿਲਾਂ ਵੀ ਲਗਾਤਾਰ ਪਹਿਲੇ ਦੂਜੇ ਤੀਜੇ ਇਨਾਮ ਸੰਦੀਪ ਸਿੰਘ ਤੋਂ ਪ੍ਰਾਪਤ ਕਰਦਾ ਰਿਹਾ। ਇਹ ਘੋੜਾ ਆਦਿਲ ਜਿਹਦਾ ਕਰਦਾ 70 ਇੰਚ ਉਮਰ ਹੈ ਜੀ, ਕਰੀਬ 4 ਸਾਲ ਹੈ,